ਲਗਾਤਾਰ ਪੈ ਰਹੀ ਭਾਰੀ ਬਰਸਾਤ ਲੋਕਾਂ ਦੇ ਲਈ ਆਫ਼ਤ ਦਾ ਕਾਰਨ ਬਣਦੀ ਜਾ ਰਹੀ ਹੈ। ਦੱਸ ਦਈਏ ਕਿ ਗੁਜਰਾਤ ਦੇ ਵਿੱਚ ਇਸ ਸਮੇਂ ਬਾਰਿਸ਼ ਨੇ ਕਹਿਰ ਮਚਾ ਰੱਖਿਆ ਤਾਂ ਲਗਾਤਾਰ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਅਤੇ ਤਸਵੀਰਾਂ ਸਰਸਵਤੀ ਨਦੀ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਮੰਦਰ ਦੇ ਵਿੱਚ ਪਾਣੀ ਵੜਦਾ ਨਜ਼ਰ ਆ ਰਿਹਾ ਅਤੇ ਮੰਦਰ ਦੇ ਵਿੱਚ ਕਰੀਬ 8 ਫੁੱਟ ਤੱਕ ਪਾਣੀ ਵੜ ਚੁੱਕਾ ਹੈ ਅਤੇ ਇਸ ਦੇ ਨਾਲ ਹੀ ਜੋ ਮੰਦਰ ਦਾ ਬਾਹਰਲਾ ਹਿੱਸਾ ਜੋ ਨੀਚੇ ਹੈ ਉਸਦੇ ਉੱਪਰ ਪਾਣੀ ਦੀਆਂ ਲਹਿਰਾਂ ਸਾਫ਼ ਦੇਖੀਆਂ ਜਾ ਸਕਦੀਆਂ ਨੇ। ਤਾਂ ਦੱਸ ਦਈਏ ਕਿ ਗੁਜਰਾਤ ਦੇ ਵਿੱਚ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ, ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਅਤੇ ਗੁਜਰਾਤ ਦੇ ਮਾਧਵ ਰਾਏ ਮੰਦਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਬਾੜ ਦੇ ਪਾਣੀ ਨੇ ਕਹਿਰ ਮਚਾਇਆ ਅਤੇ ਲਗਾਤਾਰ ਪਾਣੀ ਜੋ ਹੈ ਵੱਧਦਾ ਜਾ ਰਿਹਾ ਅਤੇ ਇਸ ਸਮੇਂ ਮੰਦਰ ਦੀਆਂ ਛੱਤਾਂ ਤੱਕ ਇਹ ਪਾਣੀ ਪਹੁੰਚਦਾ ਨਜ਼ਰ ਆ ਰਿਹਾ। ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਸੂਰਤ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਸਨ ਜਿੱਥੇ ਇੱਕ ਤੇਜ਼ ਵਹਾਅ ਦੇ ਵਿੱਚ ਬਾਈਕ ਸਵਾਰ ਵਹਿ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਹੁਣ ਇਹ ਤਸਵੀਰਾਂ ਗੁਜਰਾਤ ਦੇ ਸਾਹਮਣੇ ਆਈਆਂ ਨੇ ਜਿੱਥੇ ਕਿ ਮਾਧਵ ਰਾਏ ਮੰਦਰ ਦੇ ਵਿੱਚ ਜੋ ਸਰਸਵਤੀ ਨਦੀ ਦਾ ਪਾਣੀ ਹੈ ਉਹ ਵੜਦਾ ਨਜ਼ਰ ਆ ਰਿਹਾ ਅਤੇ ਕਿਸ ਕਦਰ ਇਹ ਪਾਣੀ ਆਪਣਾ ਕਹਿਰ ਮਚਾ ਰਿਹਾ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ। ਲਗਾਤਾਰ ਪੈ ਰਹੀ ਭਾਰੀ ਬਰਸਾਤ ਲੋਕਾਂ ਦੇ ਲਈ ਆਫ਼ਤ ਦਾ ਕਾਰਨ ਬਣਦੀ ਜਾ ਰਹੀ ਹੈ। ਦੱਸ ਦਈਏ ਕਿ ਗੁਜਰਾਤ ਦੇ ਵਿੱਚ ਇਸ ਸਮੇਂ ਬਾਰਿਸ਼ ਨੇ ਕਹਿਰ ਮਚਾ ਰੱਖਿਆ ਤਾਂ ਲਗਾਤਾਰ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਅਤੇ ਤਸਵੀਰਾਂ ਸਰਸਵਤੀ ਨਦੀ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਮੰਦਰ ਦੇ ਵਿੱਚ ਪਾਣੀ ਵੜਦਾ ਨਜ਼ਰ ਆ ਰਿਹਾ ਅਤੇ ਮੰਦਰ ਦੇ ਵਿੱਚ ਕਰੀਬ 8 ਫੁੱਟ ਤੱਕ ਪਾਣੀ ਵੜ ਚੁੱਕਾ ਹੈ ਅਤੇ ਇਸ ਦੇ ਨਾਲ ਹੀ ਜੋ ਮੰਦਰ ਦਾ ਬਾਹਰਲਾ ਹਿੱਸਾ ਜੋ ਨੀਚੇ ਹੈ ਉਸਦੇ ਉੱਪਰ ਪਾਣੀ ਦੀਆਂ ਲਹਿਰਾਂ ਸਾਫ਼ ਦੇਖੀਆਂ ਜਾ ਸਕਦੀਆਂ ਨੇ। ਤਾਂ ਦੱਸ ਦਈਏ ਕਿ ਗੁਜਰਾਤ ਦੇ ਵਿੱਚ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ, ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਅਤੇ ਗੁਜਰਾਤ ਦੇ ਮਾਧਵ ਰਾਏ ਮੰਦਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਬਾੜ ਦੇ ਪਾਣੀ ਨੇ ਕਹਿਰ ਮਚਾਇਆ ਅਤੇ ਲਗਾਤਾਰ ਪਾਣੀ ਜੋ ਹੈ ਵੱਧਦਾ ਜਾ ਰਿਹਾ ਅਤੇ ਇਸ ਸਮੇਂ ਮੰਦਰ ਦੀਆਂ ਛੱਤਾਂ ਤੱਕ ਇਹ ਪਾਣੀ ਪਹੁੰਚਦਾ ਨਜ਼ਰ ਆ ਰਿਹਾ। ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਸੂਰਤ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਸਨ ਜਿੱਥੇ ਇੱਕ ਤੇਜ਼ ਵਹਾਅ ਦੇ ਵਿੱਚ ਬਾਈਕ ਸਵਾਰ ਵਹਿ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਹੁਣ ਇਹ ਤਸਵੀਰਾਂ ਗੁਜਰਾਤ ਦੇ ਸਾਹਮਣੇ ਆਈਆਂ ਨੇ ਜਿੱਥੇ ਕਿ ਮਾਧਵ ਰਾਏ ਮੰਦਰ ਦੇ ਵਿੱਚ ਜੋ ਸਰਸਵਤੀ ਨਦੀ ਦਾ ਪਾਣੀ ਹੈ ਉਹ ਵੜਦਾ ਨਜ਼ਰ ਆ ਰਿਹਾ ਅਤੇ ਕਿਸ ਕਦਰ ਇਹ ਪਾਣੀ ਆਪਣਾ ਕਹਿਰ ਮਚਾ ਰਿਹਾ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ।